ਤਾੰਤ੍ਰਿਕ ਬਾਬੇ ਨੇ ਸਿੱਖ ਔਰਤ ਨੂੰ ਕਰ ਦਿੱਤਾ ਖੁੱਲਾ ਚੈਲੰਜ ਕਿਹਾ ਜੇ ਤੇਰੇ ਗੁਰੂ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੰਨੀ ਹੀ ਤਾਕਤ ਹੈ ਇੰਨੀ ਹੀ ਸ਼ਕਤੀ ਹੈ ਤਾਂ ਤੇਰੇ ਘਰ ਖੁਦ ਚੱਲ ਕੇ ਆਵੇ ਤੇ ਦਿਖਾਏ ਆਪਣਾ ਚਮਤਕਾਰ ਜਿਸ ਤੋਂ ਬਾਅਦ ਜੋ ਕੁਝ ਹੋਇਆ ਉਹ ਦੇਖ ਕੇ ਤਾੰਤ੍ਰਿਕ ਵੀ ਰਹਿ ਗਿਆ ਕ ਬੱਕਾ ਪੈਰਾ ਹੇਠੋਂ ਖਿਸਕ ਗਈ ਜ਼ਮੀਨ ਸਿੱਖ ਔਰਤ ਦੀ ਥਾਂ ਗੁਰੂ ਸਾਹਿਬ ਨੇ ਖੁਦ ਦੇ ਦਿੱਤਾ ਆ ਕੇ ਜਵਾਬ ਜੀ ਹਾਂ ਜਿਸ ਮਾਮਲੇ ਦੀ ਅੱਜ ਤੋਂ ਨੋ ਗੱਲ ਦੱਸਣ ਜਾ ਰਿਹਾ ਇਹ ਇੱਕ ਸੱਚੀ ਕਹਾਣੀ ਹੈ ਹੱਡ ਬਿੱਤੀ ਹੈ ਜਿਸ ਨੂੰ ਬਟਾਲਾ ਦੀ ਰਹਿਣ ਵਾਲੀ ਸੁਰਿੰਦਰ ਕੌਰ ਦੇ ਵੱਲੋਂ ਬਿਆਨ ਕੀਤਾ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਦੇ ਪਰਿਵਾਰ ਦੇ ਵਿੱਚ ਇੱਕ ਵਾਰ ਪਰੇਸ਼ਾਨੀਆਂ ਚੱਲ ਰਹੀਆਂ ਸੀ ਤੇ ਕਿਵੇਂ ਇੱਕ ਤਾੰਤ੍ਰਿਕ ਨੇ ਮਸਤੂ ਕਿਹਾ ਕਿ ਉਹ ਉਸ ਦੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਕਰ ਦਵੇਗਾ। ਸੁਰਿੰਦਰ ਕੌਰ ਆਪਣੇ ਗੁਰੂ ਤੇ ਯਕੀਨ ਰੱਖਣ ਵਾਲੀ ਸੀ ਡੋਲਣ ਵਾਲੀ ਨਹੀਂ ਸੀ। ਉਸ ਨੇ ਕਿਹਾ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪਾਠ ਕਰਦੀਆਂ ਸੋ ਮੈਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਉਗੀ ਤੇ ਉਸ ਤੋਂ ਬਾਅਦ ਤਾੰਤ੍ਰਿਕ ਕਹਿੰਦਾ ਕਿ ਜੇ ਤੇਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੰਨੀ ਹੀ ਤਾਕਤ ਹੈ ਤਾਂ ਤੇਰੇ ਘਰ ਚੱਲ ਕੇ ਆਏ। ਜਿਸ ਤੋਂ ਬਾਅਦ ਇੱਕ ਬਹੁਤ ਵੱਡਾ ਚਮਤਕਾਰ ਹੁੰਦਾ ਹੈ। ਕੀ ਹੋਇਆ ਸੀਗਾ ਕੀ ਹੈ ਪੂਰੀ ਘਟਨਾ ਉਹ ਪੂਰੀ ਜਾਣਕਾਰੀ ਦਿੰਨੇ ਆ ਵੀਡੀਓ ਦੇ ਮਾਧਿਅਮ ਦਰਾਹੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਨਾਲ ਹੀ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਦੇ ਜਾਣਾ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਜੀ ਦੱਸ ਦਈਏ ਕਿ ਇੱਕ ਵਾਰ ਦੀ ਗੱਲ ਹੈ ਬਟਾਲਾ ਦੀ ਰਹਿਣ ਵਾਲੀ ਸੁਰਿੰਦਰ ਕੌਰ ਜੋ ਗੁਰਦਾਸਪੁਰ ਦੇ ਵਿੱਚ ਵਿਆਹੀ ਹੋਈ ਹੁੰਦੀ ਹੈ ਉਸ ਦੀ ਜ਼ਿੰਦਗੀ ਦੇ ਵਿੱਚ ਇੱਕ ਟਾਈਮ ਅਜਿਹਾ ਆ ਜਾਂਦਾ ਹੈ ਉਸ ਦਾ ਪਤੀ ਦਾ ਕਾਰੋਬਾਰ ਨਹੀਂ ਚੱਲਦਾ ਪਰਿਵਾਰ ਦੇ ਵਿੱਚ ਦੁੱਖ ਪਰੇਸ਼ਾਨੀਆਂ ਹੁੰਦੀਆਂ ਨੇ ਖੁਦ ਵੀ ਬਿਮਾਰ ਰਹਿੰਦੀ ਹੁੰਦੀ ਹੈ ਬੱਚੇ ਵੀ ਜਿਹੜੇ ਨੇ ਬਿਮਾਰ ਹੋ ਜਾਂਦੇ ਨੇ ਕਾਫੀ ਪਰੇਸ਼ਾਨੀਆਂ ਹੁੰਦੀਆਂ ਨੇ ਤੇ ਉਹ ਬਟਾਲੇ ਆਪਣੇ ਘਰ ਦੇ ਵਿੱਚ ਗਈ ਹੁੰਦੀ ਐ ਉਸਦੀ ਹਾਲਤ ਦੇਖ ਕੇ ਉਸਦੀ ਮਾਤਾ ਬੇहद ਹੀ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਐ ਜਿਸ ਤੋਂ ਬਾਅਦ ਉਹ ਕਹਿੰਦੀ ਐ ਕਿ ਮੈਂ ਤੈਨੂੰ ਇੱਕ ਦੇਹਧਾਰੀ ਬਾਬੇ ਦੇ ਕੋਲ ਲੈ ਕੇ ਜਾਨੀ ਐ ਇੱਕ ਤਾਤ੍ਰਿਕ ਕੋਲ ਲੈ ਕੇ ਜਾਨੀ ਉਹ ਤੇਰੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਕਰੇਗਾ ਪਰ ਸੁਰਿੰਦਰ ਕੌਰ ਦਾ ਅਟੁੱਟ ਵਿਸ਼ਵਾਸ ਹੁੰਦਾ ਉਸਦੇ ਗੁਰੂ ਤੇ ਉਸਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਉਹ ਕਹਿੰਦੇ ਐ ਕਿ ਮੇਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਸਾਰੇ ਹੱਲ ਕਰੇਗਾ ਪਰ ਉਸ ਤੋਂ ਬਾਅਦ ਉਸਦੀ ਮਾਂ ਪੁੱਛਦੀ ਹੈ ਕਿ ਤੇਰੇ ਘਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਪ ਚੱਲ ਕੇ ਆ ਸਕਦਾ ਹੈ ਨਹੀਂ ਨਾ ਫਿਰ ਕੁਝ ਵੀ ਨਹੀਂ ਹੁੰਦਾ ਤੂੰ ਦੇ ਧਾਰੀ ਬਾਬੇ ਦਾ ਨਾਮ ਧਿਆਲਿਆ ਉਹ ਤੇਰੇ ਸਾਰੇ ਦੁੱਖ ਕਸ਼ਟ ਦੂਰ ਕਰ ਦੇਗਾ ਤੇ ਲੋੜ ਪਈ ਤੇ ਤੇਰੇ ਘਰੇ ਵੀ ਆਏਗਾ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਕਰ ਸਕਦਾ ਜਿਸ ਤੋਂ ਬਾਅਦ ਸੁਰਿੰਦਰ ਕੌਰ ਦਾ ਮਨ ਜਿਹੜਾ ਉਹ ਟੁੱਟ ਜਾਂਦਾ ਹੈ ਸੁਰਿੰਦਰ ਕੌਰ ਗੁਰਦਾਸਪੁਰ ਨੂੰ ਵਾਪਸ ਚੱਲ ਪੈਂਦੀ ਹੈ ਪਰ ਵਾਪਸੀ ਦੇ ਵਿੱਚ ਉਹਦੇ ਮਨ ਦੇ ਵਿੱਚ ਸਿਰਫ ਇੱਕੋ ਸਵਾਲ ਹੁੰਦਾ ਹੈ ਕਿ ਮੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਮੇਰੇ ਘਰ ਨਹੀਂ ਆ ਸਕਦਾ ਚੱਲੋ ਇਹੇ ਸੋਚਦੀ ਸੋਚਦੀ ਉਹ ਘਰ ਦੇ ਵਿੱਚ ਚਲੀ ਜਾਂਦੀ ਹੈ ਘਰ ਦੇ ਵਿੱਚ ਜਾ ਕੇ ਵੀ ਉਸ ਦਾ ਇਹੀ ਹਾਲ ਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮੇਰੇ ਘਰ ਨਹੀਂ ਆ ਸਕਦਾ ਇਹਨੇ ਨੂੰ ਉਹ ਖਾਣਾ ਬਣਾਉਂਦੀ ਹੈ ਸਕੂਲ ਦੇ ਵਿੱਚੋਂ ਬੱਚਿਆਂ ਦੇ ਔਨ ਦਾ ਸਮਾਂ ਹੋ ਜਾਂਦਾ ਹੈ ਹਵੇ ਹੀ ਸਮਾਂ ਲੰਘਦਾ ਰਹਿੰਦਾ ਉਹ ਖਾਣਾ ਤਿਆਰ ਕਰਦੀ ਹੈ ਥੋੜੀ ਬਹੁਤ ਘਰ ਦੇ ਸਫਾਈ ਕਰਦੀ ਹੈ ਜਿਸ ਤੋਂ ਬਾਅਦ ਉਸ ਦੇ ਅਚਾਨਕ ਦਰਵਾਜ਼ੇ ਤੇ ਖੜਕਾ ਹੁੰਦਾ ਹੈ ਦਰਵਾਜ਼ਾ ਜਦੋਂ ਉਹ ਖੋਲਦੀ ਹੈ ਤਾਂ ਉਹ ਕੁਝ ਅਜੀਹਾ ਦੇਖਦੀ ਹੈ ਜਿਸ ਤੋਂ ਬਾਅਦ ਉਹ ਹੈਰਾਨ ਹੋ ਜਾਂਦੀ ਹੈ ਉਸ ਨੂੰ ਲੱਗਦਾ ਹੈ ਕਿ ਉਹ ਕੋਈ ਸੁਪਣਾ ਦੇਖ ਰਹੀ ਹੈ ਕਿਉਂਕਿ ਉਸ ਦੇ ਦਰਵਾਜ਼ੇ ਦੇ ਵਿੱਚ ਕੋਧ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਏ ਹੁੰਦੇ ਨੇ ਜੀ ਹਾਂ ਤੁਹਾਨੂੰ ਦੱਸਦੀ ਕਿ ਇੱਕ ਸਰਕਾਰੀ ਸਕੂਲ ਦੇ ਵਿੱਚ ਉਸ ਸਮੇਂ ਜਿਹੜਾ ਪਾਠ ਰਖਾਇਆ ਹੁੰਦਾ ਤੇ ਸਰਕਾਰੀ ਸਕੂਲ ਦੀ ਹਾਲਤ ਜਿਹੜੀ ਆ ਬੜੀ ਖਸਤਾ ਹੁੰਦੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਸ ਥਾਂ ਤੇ ਰੱਖਣੇ ਹੁੰਦੇ ਨੇ ਉਸ ਕਮਰੇ ਦੀ ਛੱਤ ਜਿਹੜੀ ਹੈ ਚੋਰੀ ਹੁੰਦੀ ਹੈ ਤੇ ਗਵੰਟੀਆਂ ਦਾ ਜਿਹੜਾ ਪਰਿਵਾਰ ਸੀ ਉਹ ਉਹ ਜਿਹੜਾ ਸੀ ਉਹ ਸਰਕਾਰੀ ਸਕੂਲ ਦੇ ਵਿੱਚ ਪੜਾਉਂਦਾ ਸੀ ਇੱਕ ਸ਼ਖਸ ਜੋ ਸਰਕਾਰੀ ਸਕੂਲ ਦੇ ਵਿੱਚ ਪੜਾਉਂਦਾ ਸੀ ਉਹ सुरेंद्र कौर ਦੇ ਘਰ ਆਂਦਾ ਤੇ ਕਹਿੰਦਾ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਘਰੇ ਵਿਰਾਜਮਾਨ ਕਰਨਾ ਚਾਹਨਾ ਪਾਠ ਇੱਥੇ ਪਾਠ ਤਉਚਾਰਨ ਕਰਨਾ ਚਾਹਨਾ ਕਿੰਨੀ ਦੇਰ ਤੱਕ सुरेंद्र कौर ਇਹੀ ਸਮਝਦੀ ਰਹਿੰਦੀ ਹੈ ਕਿ ਇਹ ਇੱਕ ਸੁਪਣਾ ਹੈ ਜਿਸ ਤੋਂ ਬਾਅਦ ਉਹ ਬਹੁਤ ਹੈਰਾਨ ਹੋ ਜਾਂਦੀ ਹੈ ਉਸ ਦਾ ਪਰਮਾਤਮਾ ਉਸ ਦਾ ਪ੍ਰਭੂ ਉਸ ਦਾ ਗੁਰੂ ਖੁਦ ਉਸ ਦੇ ਘਰ ਹੁੰਦਾ ਕਿਉਂਕਿ ਉਸਦੀ ਮਾਤਾ ਨੇ ਉਸ ਨੂੰ ਕਿਹਾ ਹੁੰਦਾ ਕਿ ਕੀ ਤੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੱਲ ਕੇ ਤੇਰੇ ਗੁਰੂ ਦੇ ਘਰ ਆ ਸਕਦਾ ਜਿਸ ਤੋਂ ਬਾਅਦ ਪਾਠ ਦਾ ਉਚਾਰਨ ਸ਼ੁਰੂ ਹੋ ਜਾਂਦਾ ਹੈ ਤੇ ਇੱਕ ਸਤਰਾਂ ਦੇ ਜਿਸ ਦੇ ਵਿੱਚ ਕਿਹਾ ਹੁੰਦਾ ਹੈ ਕਿ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਇੱਕ ਸੱਚੇ ਸਿੱਖ ਦੀ ਪ੍ਰਾਰਥਨਾ ਜ਼ਰੂਰ ਕਬੂਲ ਹੁੰਦੀ ਹੈ ਸੋ ਸੁਰਿੰਦਰ ਕੌਰ ਜਦੋਂ ਇਹ ਸਾਰਾ ਕੁਝ ਦੇਖਦੀ ਹੈ ਤਾਂ ਉਹ ਹੈਰਾਨ ਹੋ ਜਾਂਦੀ ਹੈ ਤੇ ਇਸ ਕਦ ਗੱਲ ਨੂੰ ਪੂਰੀ ਨੂੰ ਜਦ ਦੱਸਦੇ ਹੋਏ ਸੁਰਿੰਦਰ ਕੌਰ ਕਹਿੰਦੀ ਹੈ ਕਿ ਸਕੂਲ ਦੇ ਵਿੱਚ بارش ਹੋ ਰਹੀ ਸੀ ਜਿਸ ਕਾਰਨ ਸਕੂਲ ਦਾ ਅਧਿਆਪਕ ਜਿਹੜਾ ਉਹ ਸਾਡੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਆਇਆ ਕਿਉਂਕਿ ਉਸਦੇ ਜਿਹੜਾ ਘਰ ਸੀਗਾ ਉਸਦੇ ਘਰ ਦੀਆਂ ਸਿਰਫ ਦੋ ਕਮਰੇ ਹੀ ਸੀ ਦੋ ਕਮਰਿਆਂ ਦੇ ਵਿੱਚ ਉਸ ਦਾ ਪਰਿਵਾਰ ਜਿਹੜਾ ਬਹੁਤ ਵੱਡਾ ਸੀ ਉਹੀ ਰਹਿੰਦਾ ਸੀ ਸੋ ਅਧਿਆਪਕ ਜਿਹੜਾ ਉਹ ਸੋਚਦਾ ਹੈ ਕਿ ਸੁਰਿੰਦਰ ਕੌਰ ਦਾ ਘਰ ਜਿਹੜਾ ਬਹੁਤ ਵੱਡਾ ਹੈ ਉਸ ਦੇ 4-5 ਕਮਰੇ ਨੇ ਪਰਿਵਾਰ ਵੀ ਛੋਟਾ ਜਿਸ ਤੋਂ ਬਾਅਦ ਉਸ ਦੇ ਘਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਕਰਨ ਦੀ ਸੋਚੀ ਜਾਂਦੀ ਹੈ ਸੋ ਕਿਹਾ ਜਾਂਦਾ ਹੈ ਕਿ ਜੇਕਰ ਸ਼ਰਦਾ ਸਾਡੀ ਟੂਟ ਹੋਵੇ ਤਾਂ ਗੁਰੂ ਆਪ ਹੀ ਵਿਰਾਜਮਾਨ ਹੋ ਜਾਂਦਾ ਹੈ ਸੋ ਅਜੇਹਾ ਹੀ ਸੁਰਿੰਦਰ ਕੌਰ ਨਾਲ ਹੋਇਆ ਉਸ ਨੂੰ ਪਤਾ ਸੀ ਕਿ ਉਸ ਦਾ ਪਰਮਾਤਮਾ ਉਸ ਦੀ ਜ਼ਰੂਰ ਸੁਣਦਾ ਹੈ ਪ੍ਰੇਸ਼ਾਨੀਆਂ ਜਿਹੜੀਆਂ ਨੇ ਸਾਰਿਆਂ ਦੇ ਜ਼ਿੰਦਗੀਆਂ ਦੇ ਵਿੱਚ ਆਉਂਦੀਆਂ ਨੇ ਪਰ ਕਈ ਵਾਰ ਜਿਹੜਾ ਹੁੰਦਾ ਹੈ ਪ੍ਰਮਾਤਮਾ ਸਾਨੂੰ ਪਰਖ ਰਿਹਾ ਹੁੰਦਾ ਹੈ ਕਿ ਅਸੀਂ ਮਾੜੇ ਸਮੇਂ ਦੇ ਵਿੱਚ ਕਿਤੇ ਡੋਲਦੇ ਤਾਂ ਨਹੀਂ ਕਈ ਲੋਕ ਅਜਿਹੇ ਹੁੰਦੇ ਨੇ ਜਿਹੜੇ ਮਾੜੇ ਸਮੇਂ ਨੂੰ ਦੇਖ ਕੇ ਦੇ ਧਾਰੀ ਕਿਸੇ ਬਾਬੇ ਦੇ ਲੜ ਲੱਗ ਜਾਂਦੇ ਨੇ ਤਾੰਤ੍ਰਿਕਾਂ ਦੇ ਲੜ ਲੱਗ ਜਾਂਦੇ ਨੇ ਸਾਰੇ ਉਪਾਏ ਕਰਾਂਦੇ ਨੇ ਪਰ ਅਜਿਹਾ ਕਰਨਾ ਜਿਹੜਾ ਬਹੁਤ ਗਲਤ ਹੁੰਦਾ ਉਹ ਸਾਡੀ ਪ੍ਰੀਖਿਆ ਦੀ ਘੜੀ ਹੁੰਦੀ ਹੈ ਗੁਰੂ ਸਾਨੂੰ ਸਾਡਾ ਪਰਖਦਾ ਸੋ ਇੱਕ ਵਾਰ ਤੁਸੀਂ ਵੀ ਵੀਡੀਓ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤੁਹਾਡਾ ਕਿੰਨਾ ਕੁ ਟੁੱਟ ਵਿਸ਼ਵਾਸ ਹੈ ਵਾਹਿਗੁਰੂ ਦੇ ਵਿੱਚ ਇਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ